ਹਮੇਸ਼ਾ ਹੀ ਇਹ ਨਿਹੰਗ ਸਿੰਘ ਪਰਿਵਾਰਾਂ ਵੱਲੋਂ ਜਿਹੜਾ ਸੀਗਾ ਉਹਨਾਂ ਨੂੰ ਇੱਕ ਟਾਰਗੇਟ ਬਣਾਇਆ ਜਾਂਦਾ ਸੀਗਾ ਔਰ ਉਹਨਾਂ ਨੇ ਮੌਕਾ ਵੇਖਿਆ ਕਿ ਉਸ ਵੇਲੇ ਇਕੱਲੇ ਆ ਸਿਰਫ ਇੰਨੀ ਬੇਨਤੀ ਕੀਤੀ ਕਿ ਤੁਸੀਂ ਆਪਣੀ ਗੱਡੀ ਜਿਹੜੀ ਆ ਸਾਈਡ 'ਤੇ ਕਰ ਲਓ ਅਤੇ ਅਸੀਂ ਲੰਘ ਜਾਈਏ ਪਰ ਉਹਨਾਂ ਨੇ ਆਉਂ ਨਹੀਂ ਵੇਖਿਆ ਤਾਂ ਨਹੀਂ ਵੇਖਿਆ ਔਰ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਔਰ ਉਹਨਾਂ ਦਾ ਭਰਾ ਆਇਆ ਉਹਦੇ 'ਤੇ ਵੀ ਹਮਲਾ ਕਰ ਦਿੱਤਾ ਬਹੁਤ ਜ਼ਿਆਦਾ ਗੰਭੀਰ ਉਹਨਾਂ ਨੂੰ ਸੱਟਾਂ ਲੱਗੀਆਂ ਔਰ ਸਿਵਲ ਹੋਸਪਿਟਲ ਤੋਂ ਉਹਨਾਂ ਨੂੰ ਜਿਹੜਾ ਵਾ CMC ਲੁਧਿਆਣੇ ਵਿਖੇ ਰੈਫਰ ਕੀਤਾ ਗਿਆ ਅਸੀਂ ਗਿਣ ਗਿਣ ਕੇ ਉਹਦਾ ਬਦਲਾ ਲਵਾਂਗੇ ਉਹਦੇ ਪਿੱਛੇ ਖੜੇ ਹਾਂ ਕਾਨੂੰਨੀ ਕਾਰਵਾਈ ਦੇ ਵਿੱਚ ਵੀ ਅਸੀਂ ਪਿਛਾਂ ਨਹੀਂ ਹਟਣ ਵਾਲੇ ਸੋ ਜੇ ਕੋਈ ਹੋਰ ਵੀ ਕਿਸੇ ਦੇ ਮਨ ਦੇ ਵਿੱਚ ਰੰਜਿਸ਼ ਹੈਗੀ ਆ ਤਾਂ ਉਹ ਇਹ ਸਮਝ ਲਵੇ ਕਿ ਪਿੱਛੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਖੜੀ ਆ ਮੇਰਾ ਨਾਮ ਡਾਕਟਰ ਲੂਕਸ ਮਸੀਹ ਆ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਦਾ ਜਨਰਲ ਸੈਕਟਰੀ ਹਾਂ ਮੈਂ ਪੰਜਾਬ ਦਾ ਬੜੇ ਦੁਖੀ ਹਿਰਦੇ ਦੇ ਨਾਲ ਆਪਣੀ ਕੌਮ ਨੂੰ ਸੰਬੋਧਨ ਕਰਦੇ ਹਾਂ ਕਿ ਬੀਤੇ ਸਮੇਂ ਦੇ ਵਿੱਚ ਜੋ ਕੱਲ੍ਹ ਦਾ ਦਿਨ ਬੀਤਿਆ ਸਾਡੇ ਇੱਕ ਪਾਸਟਰ ਨੇ ਨਿਊ ਅੰਮ੍ਰਿਤਸਰ ਮੰਦਰ ਵਾਲੀ ਗਲੀ ਦੇ ਵਿੱਚ ਉਹਨਾਂ ਦੀ ਰਹਿਸ਼ ਆ ਔਰ ਬੜਾ ਨੇਕ ਦਿਲ ਇਨਸਾਨ ਔਰ ਲੋਕਾਂ ਨੂੰ ਨੇਕ ਰਾਹ 'ਤੇ ਪਾਉਣ ਵਾਲੇ ਸਾਡੇ ਉਹ ਪਾਸਟਰ ਨੇ ਬੀਤੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਹਮੇਸ਼ਾ ਹੀ ਇਹ ਨਿਹੰਗ ਸਿੰਘ ਪਰਿਵਾਰਾਂ ਵੱਲੋਂ ਜਿਹੜਾ ਸੀਗਾ ਉਹਨਾਂ ਨੂੰ ਇੱਕ ਟਾਰਗੇਟ ਬਣਾਇਆ ਜਾਂਦਾ ਸੀਗਾ ਔਰ ਉਹਨਾਂ ਨੇ ਮੌਕਾ ਵੇਖਿਆ ਕਿ ਉਸ ਵੇਲੇ ਇਕੱਲੇ ਆ ਔਰ ਜਦੋਂ ਲੰਘਣ ਲੱਗੇ ਉਹਨਾਂ ਦੇ ਕੋਲੋਂ ਔਰ ਜੋ ਉਹਨਾਂ ਦੇ ਦੱਸਣ ਦੀ ਹਾਲਾਤ ਨੇ ਕਿ ਗੱਡੀ ਖੜੀ ਸੀਗੀ ਉਹਨਾਂ ਨੂੰ ਸਿਰਫ ਇੰਨੀ ਬੇਨਤੀ ਕੀਤੀ ਕਿ ਤੁਸੀਂ ਆਪਣੀ ਗੱਡੀ ਜਿਹੜੀ ਆ ਸਾਈਡ 'ਤੇ ਕਰ ਲਓ ਅਤੇ ਅਸੀਂ ਲੰਘ ਜਾਈਏ ਪਰ ਉਹਨਾਂ ਨੇ ਆਉਂ ਨਹੀਂ ਵੇਖਿਆ ਤਾਂ ਨਹੀਂ ਵੇਖਿਆ ਔਰ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਔਰ ਉਹਨਾਂ ਦਾ ਭਰਾ ਆਇਆ ਉਹਦੇ 'ਤੇ ਵੀ ਹਮਲਾ ਕਰ ਦਿੱਤਾ ਬਹੁਤ ਜ਼ਿਆਦਾ ਗੰਭੀਰ ਉਹਨਾਂ ਨੂੰ ਸੱਟਾਂ ਲੱਗੀਆਂ ਔਰ ਸਿਵਲ ਹੋਸਪਿਟਲ ਤੋਂ ਉਹਨਾਂ ਨੂੰ ਜਿਹੜਾ ਵਾ CMC ਲੁਧਿਆਣੇ ਵਿਖੇ ਰੈਫਰ ਕੀਤਾ ਗਿਆ ਔਰ ਬੜੀ ਇਹ ਮੰਦਭਾਗੀ ਘਟਨਾ ਵਾ ਕਿ ਦੋ ਧਾਰਮਿਕ ਜਥੇਬੰਦੀਆਂ ਦੇ ਆਗੂ ਜਿਹੜੇ ਹੈ ਸਾਡੇ ਵੱਲੋਂ ਸਾਡੇ ਪਾਸਟਰ ਵੱਲੋਂ ਕੋਈ ਇੱਦਾਂ ਦੀ ਜਿਹੜੀ ਆ ਗਤੀਵਿਧੀ ਨਹੀਂ ਕੀਤੀ ਗਈ ਕਿ ਜਿਹਦੇ ਵਿੱਚ ਕੋਈ ਕਿਸੇ ਦਾ ਨੁਕਸਾਨ ਹੋਵੇ ਜਾਂ ਸਾਡੇ ਧਰਮ ਵੱਲੋਂ ਵੀ ਕਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ ਕਿ ਅਸੀਂ ਕਿਸੇ ਦੇ ਮਨ ਨੂੰ ਠੇਸ ਪਹੁੰਚਾਈਏ ਜਾਂ ਕਿਸੇ ਦੇ ਪ੍ਰਤੀ ਕੋਈ ਮਾੜਾ ਬੋਲੀਏ ਨਿੱਤ ਸਾਡੇ ਧਰਮ ਨੂੰ ਸਾਡੇ ਪਾਸਟਰਾਂ ਨੂੰ ਜਿਹੜਾ ਉਹ ਟਾਰਗੇਟ ਕੀਤਾ ਜਾਂਦਾ ਔਰ ਇਹ ਜਿਹੜੇ ਨਿਹੰਗ ਬਾਣੇ ਦੇ ਵਿੱਚ ਸ਼ਰਾਰਤੀ ਅੰਸਰ ਇਹਨਾਂ ਨੂੰ ਮੈਂ ਕਹਾਂਗਾ ਕਿ ਇਹ ਸਮਾਜ ਦੇ ਵਿੱਚ ਕਦੀ ਵੀ ਏਕਤਾ ਨਹੀਂ ਪੈਦਾ ਕਰਨ ਵਾਲੇ ਜਾਂ ਕੋਈ ਸਾਂਝ ਨਹੀਂ ਬਣਾਉਣ ਵਾਲੇ ਇਹਨਾਂ ਨੇ ਆਉਂ ਨਹੀਂ ਵੇਖਿਆ ਤਾਂ ਨਹੀਂ ਵੇਖਿਆ ਜੋ ਇਹਨਾਂ ਦੇ ਗੁਰੂਆਂ ਨੇ ਸ਼ਸਤਰ ਇਹਨਾਂ ਨੂੰ ਦਿੱਤੇ ਇਹਨਾਂ ਨੇ ਕੱਢੇ ਅਤੇ ਉਹਦੇ ਨਾਲ ਇੱਕ ਜਿਹੜਾ ਬੇਦੋਸ਼ ਯਾਨੀ ਕਿ ਜਿਹਦੇ ਕੋਲ ਕੁਛ ਵੀ ਨਹੀਂ ਗਾ ਉਹਦੇ ਉੱਤੇ ਹਥਿਆਰਾਂ ਦੇ ਨਾਲ ਹਮਲਾ ਕਰ ਦੇਣਾ ਇਹ ਕੋਈ ਚੰਗੀ ਗੱਲ ਨਹੀਂ ਜੇ ਸਾਡੇ ਧਰਮ ਨੂੰ ਇਹ ਸਮਝਿਆ ਜਾਂਦਾ ਕਿ ਪਿਆਰ ਦੇ ਪੁਜਾਰੀ ਨੇਕ ਨੇ ਇਹ ਸਮਾਜ ਨੂੰ ਸੁਧਾਰਨ ਵਾਲੇ ਕੰਮ ਕਰਦੇ ਆ ਔਰ ਇਹਨਾਂ ਨੂੰ ਤਾੜਨਾ ਵੀ ਦਿੱਤੀ ਜਾਂਦੀ ਆ ਕਿ ਜੇ ਤੁਸੀਂ ਸਮਝਦੇ ਹੋ ਕਿ ਇਹਨਾਂ ਦੇ ਪਿੱਛੇ ਕੋਈ ਨਹੀਂ ਹੈਗਾ ਇਹਨਾਂ ਦੇ ਪਿੱਛੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਹੈਗੀ ਆ ਸਾਡੇ ਪ੍ਰਧਾਨ ਜਤਿੰਦਰ ਮਸੀਹ ਗੌਰਵ ਜੀ ਹੈਗੇ ਆ ਔਰ ਅੰਕੁਰ ਨਰੂਲਾ ਮਿਨਿਸਟਰੀ ਪਿੱਛੇ ਖੜੀ ਆ ਜੇ ਕਿਸੇ ਵੀ ਪਾਸਟਰ 'ਤੇ ਸਾਡੇ 'ਤੇ ਆਂਚ ਆਏਗੀ ਅਤੇ ਉਹਦਾ ਅਸੀਂ ਗਿਣ ਗਿਣ ਕੇ ਉਹਦਾ ਬਦਲਾ ਲਵਾਂਗੇ ਉਹਦੇ ਪਿੱਛੇ ਖੜੇ ਹਾਂ ਕਾਨੂੰਨੀ ਕਾਰਵਾਈ ਦੇ ਵਿੱਚ ਵੀ ਅਸੀਂ ਪਿਛਾਂ ਨਹੀਂ ਹਟਣ ਵਾਲੇ ਸੋ ਜੇ ਕੋਈ ਹੋਰ ਵੀ ਕਿਸੇ ਦੇ ਮਨ ਦੇ ਵਿੱਚ ਰੰਜਿਸ਼ ਹੈਗੀ ਆ ਤਾਂ ਉਹ ਇਹ ਸਮਝ ਲਵੇ ਕਿ ਪਿੱਛੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਖੜੀ ਆ।
ਸ਼ਰਮ ਦਾਸੀਆ ਚੈਨਲ ਤੇ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਦੀ ਵੀਡੀਓ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਔਰ ਜਿਵੇਂ ਕਿ ਤੁਸੀਂ ਵੀਡੀਓ ਦੇ ਵਿੱਚ ਸੁਣਿਆ ਔਰ ਤੁਸੀਂ ਜਾਣਿਆ ਕਿ ਜੋ ਕਿ ਮਸੀਹ ਵਿਰੋਧੀਆਂ ਦੇ ਖਿਲਾਫ ਜੋ ਕਿ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਖੜੀ ਹੋਈ ਆ ਔਰ ਉਹਨਾਂ ਨੇ ਕਿਹਾ ਹੈ ਕਿ ਅਗਰ ਕਿਸੇ ਦੇ ਮਨ ਵਿੱਚ ਹੋਰ ਵੀ ਕਿਸੇ ਦੇ ਮਨ ਵਿੱਚ ਰੰਜਿਸ਼ ਹੈ ਉਹ ਚਾਹੁੰਦਾ ਹੈ ਤਾਂ ਉਹ ਇਹ ਗੱਲ ਪੂਰੇ ਧਿਆਨ ਦੇ ਨਾਲ ਸੁਣ ਲਏ ਕਿ ਹੁਣ ਜੋ ਕਿ ਪਰਮੇਸ਼ੁਰ ਦੇ ਲੋਕਾਂ ਦੇ ਨਾਲ ਪਰਮੇਸ਼ੁਰ ਦੇ ਦਾਸਾਂ ਦੇ ਨਾਲ ਜੋ ਕਿ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਖੜੀ ਹੈ। ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਦੇ ਪ੍ਰਧਾਨ ਸਾਡੇ ਬ੍ਰਦਰ ਜਤਿੰਦਰ ਮਸੀਹ ਗੌਰਵ ਜੀ ਖੜੇ ਆ। ਕੋਈ ਵੀ ਇਹਨਾਂ ਦਾ ਕੁਛ ਵੀ ਬਾਲ ਵੀ ਬਾਕਾ ਨਹੀਂ ਕਰ ਸਕਦਾ। ਹਰ ਇੱਕ ਕਾਰਵਾਈ ਕਾਨੂੰਨੀ ਕਾਰਵਾਈ ਅਸੀਂ ਨਾਲ ਹੋ ਕੇ ਲੜਾਂਗੇ, ਆਪਣੇ ਮਸੀਹ ਭਾਈਚਾਰੇ ਦੇ ਨਾਲ ਅਸੀਂ ਲੜਾਂਗੇ। ਕੋਈ ਵੀ ਇਹ ਨਾ ਸੋਚੇ ਕਿ ਇਹਨਾਂ ਦੇ ਪਿੱਛੇ ਕੋਈ ਨਹੀਂ ਹੈ, ਇਹਨਾਂ ਦੇ ਨਾਲ ਕੋਈ ਨਹੀਂ ਖੜਾ, ਇਹਨਾਂ ਦੀ ਕੋਈ ਵੀ ਜੋ ਕਿ ਸੁਣਨ ਵਾਲਾ ਨਹੀਂ ਹੈ, ਐਸੀ ਕੋਈ ਵੀ ਬਾਤ ਨਹੀਂ ਹੈ। ਕਿਉਂਕਿ ਹੁਣ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਅੰਕੁਰਲਾ ਮਨਿਸਟਰੀ ਜੋ ਕਿ ਪੂਰੀ ਇਹਨਾਂ ਸਭ ਮਸੀਹ ਭਾਈਚਾਰਿਆਂ ਦੇ ਨਾਲ ਜੋ ਕਿ ਮਸੀਹ ਜੋ ਕਿ ਵਿਰੋਧ ਦੇ ਹੇਠ ਹੁੰਦੇ ਨੇ, ਮਸੀਹ ਵਿਰੋਧੀਆਂ ਦੇ ਹੇਠ, ਸ਼ਰਾਰਤੀ ਅਨਸਰਾਂ ਦੇ ਹੇਠ ਜੋ ਕਿ ਸ਼ਿਕਾਰ ਹੁੰਦੇ ਨੇ, ਇਹਨਾਂ ਦੇ ਨਾਲ ਖੜੀ ਹੋ ਕੇ ਜੋ ਕਿ ਇਹਨਾਂ ਦੀ ਲੜਾਈ ਨੂੰ ਲੜੇਗੀ। ਹਾਲੇਲੂਇਆ। ਔਰ ਜੋ ਵੀ ਸ਼ਰਾਰਤੀ ਅਨਸਰ ਨੇ ਉਹ ਵੀ ਇਸ ਗੱਲ ਨੂੰ ਧਿਆਨ ਨਾਲ ਸੁਣਨ, ਇਸ ਵੀਡੀਓ ਨੂੰ ਧਿਆਨ ਨਾਲ ਸੁਣ ਲਓ, ਕਿਉਂਕਿ ਹੁਣ ਕੋਈ ਵੀ ਬਚਣ ਵਾਲਾ ਨਹੀਂ ਆ। ਹੁਣ ਸਾਰਿਆਂ ਨੂੰ ਜੋ ਕਿ ਨੱਥ ਪਾਈ ਜਾਏਗੀ, ਸਾਰਿਆਂ ਦੇ ਖਿਲਾਫ ਗਲੋਬਲ ਕ੍ਰਿਸ਼ਨ ਐਕਸ਼ਨ ਖੜੀ ਹੋ ਕੇ ਜੋ ਕਿ ਠੋਸ ਕਦਮ ਉਠਾਏਗੀ, ਠੋਸ ਕਦਮ ਨਾਲ ਜੋ ਕਿ ਉਹਨਾਂ ਨੂੰ ਕਾਨੂੰਨੀ ਕਾਰਵਾਈ ਦੇ ਨਾਲ ਜੋ ਕਿ ਸਜ਼ਾ ਦਿਲਾਏਗੀ। ਔਰ ਜਿਵੇਂ ਕਿ ਮੈਂ ਤੁਹਾਨੂੰ ਦੱਸ ਦਾਂਗੀ ਜੋ ਕਿ ਨਿਹੰਗ ਸਿੰਘਾਂ ਦੇ ਵੱਲੋਂ ਜੋ ਕਿ ਪਾਸਟਰ ਜੀ ਦੇ ਉੱਤੇ ਹਮਲਾ ਕੀਤਾ ਗਿਆ, ਉਹਨਾਂ ਨਿਹੰਗ ਸਿੰਘਾਂ ਦੇ ਉੱਤੇ ਵੀ ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਦੇ ਵੱਲੋਂ ਜੋ ਕਿ ਪਰਚਾ ਦਰਜ ਕਰਾਇਆ ਗਿਆ ਔਰ ਉਹ ਗ੍ਰਿਫਤਾਰ ਵੀ ਜੋ ਕਿ ਕਰ ਲਿੱਤੇ ਗਏ ਆ। ਹਾਲੇਲੂਇਆ। ਔਰ ਪਰਮੇਸ਼ਰ ਹਮੇਸ਼ਾ ਹੀ ਆਪਣੇ ਲੋਕਾਂ ਦੀ ਜਿੱਤ ਕਰਾਉਂਦਾ। ਔਰ ਆਓ ਅਸੀਂ ਵੀਡੀਓ ਨੂੰ ਦੇਖਦੇ ਹਾਂ। ਮੇਰਾ ਨਾਮ ਡਾਕਟਰ ਲੂਕਸ ਮਸੀਹਾ, ਗਲੋਬਲ ਕ੍ਰਿਸ਼ਨ ਐਕਸ਼ਨ ਕਮੇਟੀ ਦਾ ਜਨਰਲ ਸੈਕਟਰੀ ਹਾਂ ਮੈਂ ਪੰਜਾਬ ਦਾ। ਬੜੇ ਦੁਖੀ ਹਿਰਦੇ ਦੇ ਨਾਲ ਆਪਣੀ ਕੌਮ ਨੂੰ ਸੰਬੋਧਨ ਕਰਦੇ ਹਾਂ ਕਿ ਬੀਤੇ ਸਮੇਂ ਦੇ ਵਿੱਚ ਜੋ ਕੱਲ੍ਹ ਦਾ ਦਿਨ ਬੀਤਿਆ, ਸਾਡੇ ਇੱਕ ਪਾਸਟਰ ਨੇ ਨਿਊ ਅੰਮ੍ਰਿਤਸਰ ਮੰਦਰ ਵਾਲੀ ਗਲੀ ਦੇ ਵਿੱਚ ਉਹਨਾਂ ਦੀ ਰਿਹਾਇਸ਼ ਆ ਔਰ ਬੜਾ ਨੇਕ ਦਿਲ ਇਨਸਾਨ ਔਰ ਲੋਕਾਂ ਨੂੰ ਨੇਕ ਰਾਹ 'ਤੇ ਪਾਉਣ ਵਾਲੇ ਸਾਡੇ ਉਹ ਪਾਸਟਰ ਨੇ। ਬੀਤੇ ਸਮੇਂ ਦੇ ਵਿੱਚ ਉਹਨਾਂ ਦੇ ਨਾਲ ਹਮੇਸ਼ਾ ਹੀ ਇਹ ਨਿਹੰਗ ਸਿੰਘ ਪਰਿਵਾਰਾਂ ਵੱਲੋਂ ਜਿਹੜਾ ਸੀਗਾ ਉਹਨਾਂ ਨੂੰ ਇੱਕ ਟਾਰਗੇਟ ਬਣਾਇਆ ਜਾਂਦਾ ਸੀਗਾ ਔਰ ਉਹਨਾਂ ਨੇ ਮੌਕਾ ਵੇਖਿਆ ਕਿ ਉਸ ਵੇਲੇ ਇਕੱਲੇ ਆ ਔਰ ਜਦੋਂ ਲੰਘਣ ਲੱਗੇ ਉਹਨਾਂ ਦੇ ਕੋਲੋਂ ਔਰ ਜੋ ਉਹਨਾਂ ਦੇ ਦੱਸਣ ਦੀ ਹਾਲਾਤ ਨੇ ਕਿ ਗੱਡੀ ਖੜੀ ਸੀਗੀ, ਉਹਨਾਂ ਨੂੰ ਸਿਰਫ ਇੰਨੀ ਬੇਨਤੀ ਕੀਤੀ ਕਿ ਤੁਸੀਂ ਆਪਣੀ ਗੱਡੀ ਜਿਹੜੀ ਆ ਸਾਈਡ 'ਤੇ ਕਰ ਲਓ ਅਤੇ ਅਸੀਂ ਲੰਘ ਜਾਈਏ। ਪਰ ਉਹਨਾਂ ਨੇ ਆਉ ਨਹੀਂ ਵੇਖਿਆ, ਤਾਂ ਨਹੀਂ ਵੇਖਿਆ ਔਰ ਉਹਨਾਂ ਦੇ ਉੱਤੇ ਹਮਲਾ ਕਰ ਦਿੱਤਾ ਔਰ ਉਹਨਾਂ ਦਾ ਭਰਾ ਆਇਆ ਉਹਦੇ 'ਤੇ ਵੀ ਹਮਲਾ ਕਰ ਦਿੱਤਾ। ਬਹੁਤ ਜ਼ਿਆਦਾ ਗੰਭੀਰ ਉਹਨਾਂ ਨੂੰ ਸੱਟਾਂ ਲੱਗੀਆਂ ਔਰ ਸਿਵਲ ਹੋਸਪਿਟਲ ਤੋਂ ਉਹਨਾਂ ਨੂੰ ਜਿਹੜਾ ਵਾ CMC ਲੁਧਿਆਣੇ ਵਿਖੇ ਰੈਫਰ ਕੀਤਾ ਗਿਆ ਔਰ ਬੜੀ ਇਹ ਮੰਦਭਾਗੀ ਘਟਨਾ ਵਾ ਕਿ ਦੋ ਧਾਰਮਿਕ ਜਥੇਬੰਦੀਆਂ ਦੇ ਆਗੂ ਜਿਹੜੇ ਹੈ ਸਾਡੇ ਵੱਲੋਂ ਸਾਡੇ ਪਾਸਟਰ ਵੱਲੋਂ ਕੋਈ ਇੱਦਾਂ ਦੀ ਜਿਹੜੀ ਆ ਗਤੀਵਿਧੀ ਨਹੀਂ ਕੀਤੀ ਗਈ ਕਿ ਜਿਹਦੇ ਵਿੱਚ ਕੋਈ ਕਿਸੇ ਦਾ ਨੁਕਸਾਨ ਹੋਵੇ ਜਾਂ ਸਾਡੇ ਧਰਮ ਵੱਲੋਂ ਵੀ ਕਦੀ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਕੀਤੀ ਜਾਂਦੀ ਕਿ ਅਸੀਂ ਕਿਸੇ ਦੇ ਮਨ ਨੂੰ ਠੇਸ ਪਹੁੰਚਾਈਏ ਜਾਂ ਕਿਸੇ ਦੇ ਪ੍ਰਤੀ ਕੋਈ ਮਾੜਾ ਬੋਲੀਏ। ਨਿੱਤ ਸਾਡੇ ਧਰਮ ਨੂੰ, ਸਾਡੇ ਪਾਸਟਰਾਂ ਨੂੰ ਜਿਹੜਾ ਉਹ ਟਾਰਗੇਟ ਕੀਤਾ ਜਾਂਦਾ ਔਰ ਇਹ ਜਿਹੜੇ ਨਿਹੰਗ ਬਾਣੇ ਦੇ ਵਿੱਚ ਸ਼ਰਾਰਤੀ ਅਨਸਰ, ਇਹਨਾਂ ਨੂੰ ਮੈਂ ਕਹਾਂਗਾ ਕਿ ਇਹ ਸਮਾਜ ਦੇ ਵਿੱਚ ਕਦੀ ਵੀ ਏਕਤਾ ਨਹੀਂ ਪੈਦਾ ਕਰਨ ਵਾਲੇ ਜਾਂ ਕੋਈ ਸਾਂਝ ਨਹੀਂ ਬਣਾਉਣ ਵਾਲੇ। ਇਹਨਾਂ ਨੇ ਆਉਂ ਨਹੀਂ ਵੇਖਿਆ, ਤਾਂ ਨਹੀਂ ਵੇਖਿਆ, ਜੋ ਇਹਨਾਂ ਦੇ ਗੁਰੂਆਂ ਨੇ ਸ਼ਸਤਰ ਇਹਨਾਂ ਨੂੰ ਦਿੱਤੇ, ਇਹਨਾਂ ਨੇ ਕੱਢੇ ਅਤੇ ਉਹਦੇ ਨਾਲ ਇੱਕ ਜਿਹੜਾ ਬੇਦੋਸ਼ ਯਾਨੀ ਕਿ ਜਿਹਦੇ ਕੋਲ ਕੁਛ ਵੀ ਨਹੀਂ ਗਾ ਉਹਦੇ ਉੱਤੇ ਹਥਿਆਰਾਂ ਦੇ ਨਾਲ ਹਮਲਾ ਕਰ ਦੇਣਾ, ਇਹ ਕੋਈ ਚੰਗੀ ਗੱਲ ਨਹੀਂ।
ਜੇ ਸਾਡੇ ਧਰਮ ਨੂੰ ਇਹ ਸਮਝਿਆ ਜਾਂਦਾ ਕਿ ਪਿਆਰ ਦੇ ਪੁਜਾਰੀ ਨੇਕ ਨੇ, ਇਹ ਸਮਾਜ ਨੂੰ ਸੁਧਾਰਨ ਵਾਲੇ ਕੰਮ ਕਰਦੇ ਆ, ਔਰ ਇਹਨਾਂ ਨੂੰ ਤਾੜਨਾ ਵੀ ਦਿੱਤੀ ਜਾਂਦੀ ਆ ਕਿ ਜੇ ਤੁਸੀਂ ਸਮਝਦੇ ਹੋ ਕਿ ਇਹਨਾਂ ਦੇ ਪਿੱਛੇ ਕੋਈ ਨਹੀਂ ਹੈਗਾ, ਇਹਨਾਂ ਦੇ ਪਿੱਛੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਹੈਗੀ ਆ, ਸਾਡੇ ਪ੍ਰਧਾਨ ਜਤਿੰਦਰ ਸਿੰਘ ਗੌਰਵ ਜੀ ਹੈਗੇ ਆ, ਔਰ ਅੰਕੁਰ ਨਰੂਲਾ ਮਿਨਿਸਟਰੀ ਪਿੱਛੇ ਖੜੀ ਆ। ਜੇ ਕਿਸੇ ਵੀ ਪਾਸਟਰ 'ਤੇ ਸਾਡੇ 'ਤੇ ਆਂਚ ਆਏਗੀ ਤਾਂ ਉਹਦਾ ਅਸੀਂ ਗਿਣ ਕੇ ਉਹਦਾ ਬਦਲਾ ਲਵਾਂਗੇ, ਉਹਦੇ ਪਿੱਛੇ ਖੜੇ ਹਾਂ। ਕਾਨੂੰਨੀ ਕਾਰਵਾਈ ਦੇ ਵਿੱਚ ਵੀ ਅਸੀਂ ਪਿਛਾ ਨਹੀਂ ਹਟਣ ਵਾਲੇ। ਸੋ ਜੇ ਕੋਈ ਹੋਰ ਵੀ ਕਿਸੇ ਦੇ ਮਨ ਦੇ ਵਿੱਚ ਰੰਜਿਸ਼ ਹੈਗੀ ਆ ਤਾਂ ਉਹ ਇਹ ਸਮਝ ਲਵੇ ਵੀ ਪਿੱਛੇ ਗਲੋਬਲ ਕ੍ਰਿਸਚਨ ਐਕਸ਼ਨ ਕਮੇਟੀ ਖੜੀ ਹੈ।